ਜਾਗੇ ਵਿੱਚ ਖੁਡਾਰੇ ਵੜਦੇ ਠੱਠਾ ਕਰਕੇ ਮਾਲ ਖਜ਼ਾਨਾ ਜਾਗੇ ਵਿੱਚ ਖੁਡਾਰੇ ਵੜਦੇ ਸੋਚਣਾ ਨਾ ਪਰਿਸ਼ੋਧਮ ਇਹ ਗੱਲ ਸੋਚਣਾ ਨਾ ਪਰਿਸ਼ੋਧਮ ਇਹ ਗੱਲ ਘਪਲੇ ਬਾਲ ਇਹਨਾਂ ਲੀਡਰਾਂ ਦੇ ਲਈ ਝੂਰੇ ਦੀ ਬਣਾ ਦੇ ਜਦੋਂ ਮੈਂ ਦੀ ਦਵਾਈ ਮੈਂ ਕਿ ਨਹੀਂ ਆਉਂਦੀ ਬੜੀ ਸਸਤੀ ਮੈਂ ਲਾਈ ਲਿਖਣਾ ਦੇ ਰੂਪ ਵਿੱਚ ਝੂਰੇ ਦੀ ਦਵਾਈ ਸੋ ਧੰਨਵਾਦ ਆਪਣੇ ਗੱਲ ਸਾਹਮਣੇ ਇੱਕ ਵਾਰ ਫਿਰ ਕਰਨਾ ਹੈ ਪੂਰਾ ਦੀ ਪੁੱਤਰ ਦੇ ਵੀਰ ਫੰਕਸ਼ਨ ਦੇ ਉੱਤੇ ਚੱਲਦੀ ਹੈ ਬਹੁਤ ਬਹੁਤ ਧੰਨਵਾਦ ਪ੍ਰਗਟ ਸਿੰਘ ਰੰਧਾਵਾ ਜੀ ਉਸ ਤੋਂ ਬਾਅਦ ਮੈਂ ਬੇਨਤੀ ਕਰੂੰਗਾ ਸਾਡੇ ਅੱਜ ਦੇ ਮੁੱਖ ਮਹਿਮਾਨ ਗੁਰਮੀਤ ਗਿੱਲ ਜੀ ਉਹ ਤਿਆਰ ਹੈ ਅੱਜ ਬਹੁਤ ਹੀ ਖੁਸ਼ੀ ਦਾ ਮੁਕਾਮ ਆ ਕਿਉਂਕਿ ਦਾਸ ਜਿਸ ਹਲਕੇ ਵਿੱਚ ਹੈਗਾ ਅੱਜ ਮੈਂ ਬੜਾ ਖੁਸ਼ ਸੀ ਪਿਆ ਕਿ ਬਹੁਤ ਸਾਰਿਆਂ ਨੂੰ ਮੈਂ ਮੀਡੀਆ ਤੇ ਦੇਖਿਆ ਸੀ ਪਰ ਅੱਜ ਸਾਹਮਣੇ ਮੈਂ ਉਹਨਾਂ ਨੂੰ ਮਿਲਿਆ ਬਹੁਤ ਖੁਸ਼ੀ ਦੀ ਗੱਲ ਆ ਕਿਉਂਕਿ ਮੇਰੇ ਛੋਟੇ ਵੀ ਇੰਦਰਜੀਤ ਸ਼ਾਇਦ ਇੱਥੇ ਬੈਠੇ ਕਿ ਚਲੇ ਗਏ ਉਹਨਾਂ ਨੇ ਇੱਕ ਗੱਲ ਕਹੀ ਸੀ ਵੀ ਜਿਹੜੇ ਬਹੁਤ ਜ਼ਿਆਦਾ ਕਿਤਾਬਾਂ ਜਿਹੜੀਆਂ ਨਾ ਉਹ ਕਵਿਤਾਵਾਂ ਦੀਆਂ ਲਿਖੀਆਂ ਜਾਂਦੀਆਂ ਕਿਉਂਕਿ ਇਹੀ ਇੱਕ ਸਾਧਨ ਹੈ ਕਵਿਤਾ ਜਾਂ ਗੀਤ ਹੈ ਇਹੀ ਇੱਕ ਸਾਧਨ ਹੈ ਜਿਹੜਾ ਸਦਾ ਜੀਦਾ ਰਹਿੰਦਾ ਕਿਉਂਕਿ ਜਿਹੜਾ ਮੈਂ ਤੁਹਾਨੂੰ ਇੱਕ ਗੀਤ ਸੁਣਾਉਣ ਲੱਗਾ ਇਹ ਘੱਟੋ ਘੱਟ 48-49-50 ਸਾਲ ਪੁਰਾਣਾ ਇੱਕ ਕਾਮਰੇਡ ਨੇ ਲਿਖਿਆ ਸੀ ਮੈਂ ਜਦੋਂ ਕਿਤਾਬ ਪੰਜਾਬ ਪਬਲੀਕੇਸ਼ਨ ਤੋਂ ਛਪਾਈ ਅਤੇ ਮੈਂ ਉੱਥੇ ਇੱਕ ਕਿਉਂਕਿ ਮੈਨੂੰ ਪਤਾ ਨਹੀਂ ਸੀ ਕੌਣ ਆ ਅਤੇ ਪਤਾ ਕਰਦਿਆਂ ਕਰਦਿਆਂ ਪਤਾ ਲੱਗਾ ਵੀ ਉਹ ਦਰਸ਼ਨ ਸਿੰਘ ਸ਼ੌਂਕੀ ਕਨੇਡਾ ਜੋ ਦੀ ਡੈਥ ਹੋ ਗਈ ਉਹਨਾਂ ਨੇ ਇੱਕ ਗੀਤ ਲਿਖਿਆ ਸੀ ਘਰ ਦੀਆਂ ਤੰਗੀਆਂ ਤੋਂ ਜਾਣਾ ਪੈਂਦਾ ਬਾਹਰ ਬੜਾ ਮਕਬੂਲ ਗੀਤ ਹੋਇਆ ਅਤੇ ਦਾਸ ਨੇ ਉਹ ਜਿਹੜਾ ਗੀਤ ਆ ਅੰਤਰਾ ਉਹ ਰੱਖਿਆ ਪਰ ਉਹਦੇ 'ਚ ਥੋੜ੍ਹਾ ਬਹੁਤਾ ਅਦਲ ਬਦਲ ਕਰਤਾ ਕਿਉਂਕਿ ਉਹਦੀ ਮੌਲਿਕ ਰਚਨਾ ਕਿਸੇ ਨੂੰ ਮਿਲੀ ਨਹੀਂ ਹੋਣੀ ਕਿਉਂਕਿ ਹਾਂ ਜੇ ਹੋਵੇ ਤਾਂ ਮੈਨੂੰ ਦੇ ਦਿਓ ਕਿਉਂਕਿ ਮੈਂ ਤੇ ਉਹਨਾਂ ਦਾ ਬੜਾ ਪਾਸ਼ਕ ਹੈ ਮੈਨੂੰ ਪਤਾ ਲੱਗਾ ਕੇਸਰ ਜੀ ਨੇ ਦੱਸਿਆ ਵੀ ਉਹਨਾਂ ਦੀ ਕਨੇਡਾ ਵੀ ਡੈਥ ਹੋ ਗਈ ਆ ਅਤੇ ਦਾਸ ਨੇ ਉੱਥੇ ਦੇਸ਼ ਭਗਤ ਯਾਦਗਾਰ ਹਾਲੇ ਅਨਾਊਂਸਮੈਂਟ ਕੀਤੀ ਸੀ ਵੀ ਦਾਸ ਇੱਕ ਵਿਰਾਸਤੀ ਸੰਗੀਤ ਨਾਟਕ ਸੰਸਥਾ ਚਲਾ ਰਿਹਾ ਉਹ ਜਿਹੜੇ ਉੱਭਰਦੇ ਕਲਾਕਾਰ ਆ ਜਿਹਨਾਂ ਨੂੰ ਕੋਈ ਪੁੱਛਦਾ ਨਹੀਂ ਹੈ ਮੇਰੇ ਵਰਗੇ ਨੂੰ ਉਹਨਾਂ ਨੂੰ ਦਾਸ ਵੱਲੋਂ ਗੋਲਡ ਮੈਡਲ ਆਪਣੇ ਬਜ਼ੁਰਗਾਂ ਦੇ ਨਾਂ 'ਤੇ ਦਿੱਤਾ ਜਾਂਦਾ ਪਰ ਉਹ ਜਿਹੜੀ ਸ਼ਖਸੀਅਤ ਸਾਡੇ ਕੋਲੋਂ ਵਿਛੜ ਚੁੱਕੀ ਆ ਸੋ ਮੈਂ 93 'ਚ ਗਾਉਣ ਦੀ ਕੋਸ਼ਿਸ਼ ਕਰੂੰਗਾ ਘਰ ਦੀਆਂ ਤੰਗੀਆਂ ਤੋਂ ਜਾਣਾ ਪੈਂਦਾ ਬਾਹਰ ਅੱਜ ਸਾਡੇ ਘਰ ਸੁੱਤਾ ਕੋਈ ਨਾ ਮੁੜ ਮੁੜ ਦੇਖਣ ਬਾਹਰ ਪੱਪੂ ਦੀ ਮੰਮੀ ਸੁੱਤੀ ਨਾਹੀਂ ਮਨ ਵਿੱਚ ਕਰੇ ਵਿਚਾਰ ਪੱਪੂ ਤਾਂ ਮੇਰਾ ਦਿਲ ਦਾ ਟੁਕੜਾ ਕੌਣ ਦੇ ਦਰਵਾਜ਼ ਘਰ ਦੀਆਂ ਤੰਗੀਆਂ ਤੋਂ ਜਾਣਾ ਪੈਂਦਾ ਬਾਹਰ ਘਰ ਦੀਆਂ ਤੰਗੀਆਂ ਤੋਂ ਮਾਂ ਮੇਰੀ ਮੁੜ ਮੁੜ ਮੱਥਾ ਚੁੰਮੇ ਬਾਪੂ ਦੇਵੇਗਾ ਭੈਣਾਂ ਦੋਵੇਂ ਲੁਕ ਲੁਕ ਰੋਵਣ ਆਉਣਾ ਰੱਖੜੀ ਦਾ ਤਿਉਹਾਰ ਭੋਲੀ ਭੂਆ ਗਲ ਲੱਗ ਰੋਵੇ ਮੂਲ ਤੋਂ ਵੱਧ ਵਿਆਜ ਚਾਚੀ ਮੁੜ ਮੁੜ ਛਿੰਦੋ ਨੂੰ ਦੇਖੇ ਬਾਪੂ ਦੀ ਮਾਂ ਚਾਰ ਘਰ ਦੀਆਂ ਤੰਗੀਆਂ ਤੋਂ ਜਾਣਾ ਪੈਂਦਾ ਬਾਹਰ ਘਰ ਦੀਆਂ ਤੰਗੀਆਂ ਤੋਂ ਲੰਬੜਦਾਰ ਬਾਬਾ ਮੇਰਾ ਫੜੀ ਫਿਰੇ ਕਟਾਰ ਇੱਕ ਪੋਤਾ ਵੀ ਰੱਖ ਸਕਿਆ ਨਾ ਪਈ ਸਰਕਾਰਾਂ ਦੀ ਮਾਰ ਲੀਡਰ ਭਾਸ਼ਣ ਏਦਾਂ ਦੇਂਦੇ ਹੱਡਾ ਰੋੜੀ ਦੀ ਕਤਾਰ ਦੋਸ਼ ਦੇਸ਼ ਨੂੰ ਲੁੱਟ ਕੇ ਖਾ ਗਏ ਜੋ ਮਾੜੇ ਤੇ ਕੱਢਣ ਪੜਾਸ ਘਰ ਦੀਆਂ ਤੰਗੀਆਂ ਤੋਂ ਜਾਣਾ ਪੈਂਦਾ ਬਾਹਰ ਘਰ ਦੀਆਂ ਤੰਗੀਆਂ ਤੋਂ ਪਿੰਡ ਦੇ ਮੋਤਬਰ ਇਕੱਠੇ ਹੋ ਗਏ ਕਰਨ ਕੋਈ ਤਕਰਾਰ ਹੌਲੀ ਹੌਲੀ ਪਿੰਡ ਵੇਲਾ ਹੋਣਾ ਜਾਣਗੇ ਜਿੰਦਰੇ ਮਾਰ ਸੋਨੇ ਦੀ ਚਿੜੀ ਸੀ ਦੇਸ਼ ਮੇਰਾ ਜਿੱਥੇ ਗਿੱਦੜਾਂ ਲਾਈ ਬਹਾਰ 5 ਸਾਲਾਂ ਵੱਧ ਮਾਰਨ ਗੇੜੇ ਸਭ ਨੇ ਇਹ ਬੇਕਾਰ ਘਰ ਦੀਆਂ ਤੰਗੀਆਂ ਤੋਂ ਜਾਣਾ ਪੈਂਦਾ ਬਾਹਰ ਘਰ ਦੀਆਂ ਤੰਗੀਆਂ ਤੋਂ ਲਾਸਟ ਪਿਆਰਾ ਹੈ ਜੀ
रंधावा तू भी दिल छड़ दिता बिक गया डंगर माल चार पीढ़ियां दुख देखण नू बैठी पैरां पार जटा दा पुत जट नहीं लगदा तुर पिया खेसी ओलार सब कुछ बिक गया अखां सामे बच गई कंडियाली तार सब कुछ बिक गया अखां सामे बच गई कंडियाली तार कर दियां तंगियां तो जाना पैंदा पार कर दियां तंगियां तो बहुत बहुत धन्यवाद गिर साहब जी का किताब रिलीज हुई है।